ਬਾਬਲ ਗੋਲੀकांड ਮਸਲੇ ਦੇ ਵਿੱਚ ਪੀੜਤ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸੇਵਾਮੁਕਤ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਹੁਣਾਂ ਖਿਲਾਫ ਹਾਈ ਕੋਰਟ ਵਿੱਚ ਸ਼ਿਕਾਇਤ ਦਿੱਤੀ ਆ ਤੇ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਬਟੋਰ ਰਿਹਾ ਮਸਲਾ ਕੀ ਹੈ ਕਿ ਹਾਲੇ ਚਾਏ ਇਨਸਾਫ ਨਹੀਂ ਮਿਲਿਆ ਲੇਕਿਨ ਹੁਣ ਇਸ ਮਸਲੇ ਦੇ ਵਿੱਚ ਵਿਵਾਦ ਹੋਰ ਵੱਧਦਾ ਜਾ ਰਿਹਾ ਤੇ ਹੁਣ ਜਿਹੜੇ ਪੀੜਤਨ ਨੇ ਸੁਖਰਾਜ ਸਿੰਘ ਨਿਆਮੀ ਵਾਲਾ ਉਹਨਾਂ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਨੇ ਇਸ ਮਸਲੇ ਦੇ ਵਿੱਚ ਪੂਰੀ ਜਾਂਚ ਕੀਤੀ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਈਜੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਫਿਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਤੇ ਹੁਣ ਪੀੜਤ ਧਿਰ ਨੇ ਕੁਮਰ ਵਿਜੇ ਪ੍ਰਤਾਪ ਖਿਲਾਫ ਹੀ ਹਾਈ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਪੂਰਾ ਮਸਲਾ ਕੀ ਆ ਇਹ ਮੰਨਿਆ ਜਾ ਰਿਹਾ ਹੈ ਕਿ ਪੜਤਾਲ ਦੀ ਜਿਹੜੀ ਸੂਚਨਾ ਲੀਕ ਕਰਨ ਦੇ ਦੋਸ਼ ਲਗਾਏ ਗਏ ਨੇ ਬਾਬਲ ਗੋਲੀकांड ਦੇ ਮੁੱਖ ਸ਼ਿਕਾਇਤਕਰਤਾ ਸੁਖਰਾਜ ਸਿੰਘ ਨਿਆਮੀਆਂ ਵਾਲਾ ਨੇ ਪੰਜਾਬ ਵਿਧਾਨ ਸਭਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੂੰ ਲਿਖਤੀ ਸ਼ਿਕਾਇਤ ਕਰਕੇ ਇਲਜ਼ਾਮ ਲਗਾਏ ਗਏ ਨੇ ਕਿ ਜਾਂਚ ਟੀਮ ਦੇ ਸਾਬਕਾ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਸਾਜ਼ਿਸ਼ ਤਹਿਤ ਜਾਂਚ ਦੀ ਸੂਚਨਾ ਲੀਕ ਕਰਕੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਪਹਿਲਾਂ ਇਸ ਸ਼ਿਕਾਇਤਕਰਤਾ ਨੇ ਫਰੀਦਕੋਟ ਦੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਵੀ ਅਰਜੀ ਦਾਇਰ ਕਰਕੇ ਸਾਬਕਾ ਜਾਂਚ ਅਧਿਕਾਰੀ ਉੱਪਰ ਗੰਭੀਰ ਇਲਜ਼ਾਮ ਲਾਇਸਨ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਬਾਬਲ ਗੋਲੀकांड ਦੀ ਪੜਤਾਲ ਦੌਰਾਨ ਕੁਝ ਗਵਾਹਾਂ ਨੂੰ ਜਾਣਬੁੱਝ ਕੇ ਮুলਜ਼ਮ ਬਣਾ ਲਿਆ ਅਤੇ ਇਸ ਕਾਂਡ ਦੇ ਇੱਕ ਮুলਜ਼ਮ ਨੂੰ ਵਾਧਾ ਮਾਪ ਗਵਾਹ ਬਣਾ ਕੇ ਕੇਸ ਨੂੰ ਕਮਜ਼ੋਰ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਸ਼ਿਕਾਇਤਕਰਦਾ ਨੇ ਆਪਣੀ ਸ਼ਿਕਾਇਤ ਵਿੱਚ ਸਾਬਕਾ ਜਾਂਚ ਅਧਿਕਾਰੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਹੈ ਉਧਰ ਹਾਲੇ ਤੱਕ ਇਸ ਮਸਲੇ ਦੇ ਵਿੱਚ ਆਮ ਆਦੀ ਪਾਰਟੀ ਦੇ ਵਿਧਾਇਕ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਇਸ ਮਾਮਲੇ ਤੇ ਹਾਲੇ ਤੱਕ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਨਾ ਹੀ ਪੰਜਾਬੀ ਟਰਬਿਊਨ ਦੀ ਖਬਰ ਦੇ ਅਨੁਸਾਰ ਉਹ ਦੇਣਾ ਚਾਹੁੰਦੇ ਨੇ ਪੰਜਾਬੀ ਟਰਬਿਊਨ ਦੇ ਫਰੀਦਕੋਟ ਤੋਂ ਪੱਤਰਕਾਰ ਜਸਵੰਤ ਜਸ ਸੋਣੀ ਦੱਸਦੇ ਨੇ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਤੇ ਉਹ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦੇ ਉਹ ਆਪਣਾ ਪੱਖ ਪਹਿਲਾਂ ਹੀ ਲਾਕਾ ਮੈਜਿਸਟ੍ਰੇਟ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕਰ ਚੁੱਕੇ ਨੇ ਉਹਨਾਂ ਕਿਹਾ ਕਿ ਕੁਝ ਲੋਕ ਲਾਲਚ ਵਿੱਚ ਆ ਕੇ ਆਪਣੇ ਕਿਰਦਾਰ ਤੇ ਈਮਾਨ ਨੂੰ ਲਾਣ ਕਰ ਚੁੱਕੇ ਨੇ ਮਦਈ ਤੇਰੇ ਤੇ ਸਾਬਕਾ ਜਾਂਚ ਅਧਿਕਾਰੀ ਦਰਮਿਆਨ ਪੈਦਾ ਹੋਇਆ ਇਸ ਵਿਵਾਦ ਨੇ ਬਾਈਬਲ ਗੋਲੀकांड ਵਿੱਚ ਨਾਮਜਦ ਰਸੂਖ ਵਾਲੇ ਮੁਲਜ਼ਮਾਂ ਨੂੰ ਵੱਡੀ ਰਾਤ ਵੀ ਦਿੱਤੀ ਆ ਉਹ ਸਵਾਲ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਵੱਡੇ ਵੱਡੇ ਸਿਆਸੀ ਲੀਡਰਾਂ ਤੋਂ ਵੱਡੇ ਵੱਡੇ ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਹੈ ਬਿਆਨ ਰਿਕਾਰਡ ਕੀਤੇ ਸੀ ਤੇ ਹੁਣ ਇਸ ਮਸਲੇ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵੇਂ ਜੂ ਟਰਨ ਲੈ ਜਾ ਰਹੇ ਨੇ ਹੁਣ ਖਾਸ ਕਰਕੇ ਜਿਹੜੀ ਪੀੜਤ ਤੇਰਾ ਸੁਖਰਾਜ ਸਿੰਘ ਨਿਆਮੀ ਵਾਲਾ ਉਹ ਲਗਾਤਾਰ ਇਸ ਮਸਲੇ ਨੂੰ ਲੈ ਕੇ ਕੁਮਰ ਵਿਜੇ ਪ੍ਰਤਾਪ ਨੂੰ ਘੇਰਦੇ ਦਿਖਾਈ ਦੇ ਰਹੇ ਨੇ ਸਵਾਲ ਹੈ ਕਿ 2015 ਤੋਂ ਲੈ ਕੇ 8 ਸਾਲ ਹੋ ਚੁੱਕੇ ਨੇ ਇਸ ਮਸਲੇ ਦੇ ਵਿੱਚ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਤੇ ਹੁਣ ਕੀ ਵਜ੍ਹਾ ਕਿ 8ਵੇਂ ਸਾਲ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਆ ਕੁਮਰ ਵਿਜੇ ਪ੍ਰਤਾਪ ਉਹ ਨਹੀਂ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਤੇ ਫਿਰ ਜਿਹੜੀ ਪੀੜ ਧਿਰ ਨੇ ਉਹ ਕੁਮਰ ਵਿਜੇ ਪ੍ਰਤਾਪ ਸਿੰਘ ਹੁਣਾਂ ਤੇ ਇਲਜ਼ਾਮ ਕਿਉਂ ਲਗਾ ਰਹੇ ਨੇ ਜਦ ਕਿ ਪਹਿਲਾਂ ਸਮੂੱਚੇ ਜਿਹੜੇ ਪੀੜਤ ਤੇ ਰਸੀ ਜਾਂ ਜਿਹੜੇ ਹੋਰ ਲੋਕ ਸੀ ਇਨਸਾਫ ਚਾਹੁੰਦੇ ਨੇ ਉਹ ਕੁਮਰ ਵਿਜੇ ਪ੍ਰਤਾਪ ਸਿੰਘਾਣ ਤੇ ਉਮੀਦਾਂ ਜਤਾ ਕੇ ਰੱਖੇ ਸੀ ਕਿ ਇਹ ਇਨਸਾਫ ਦੁਵਾਣਗੇ ਪਰ ਜਿੱ ਕੀ ਹੁਣ ਮੰਨ ਕੇ ਚੱਲੀ ਕਿ ਜਿਹੜਾ ਕੁਮਰ ਵਿਜੇ ਪ੍ਰਤਾਪ ਹੁਣਾਂ ਨੇ ਕਿਹਾ ਕਿ ਕੁਝ ਜਿਹੜੇ ਲੋਕ ਨੇ ਲਾਲਚ ਵਿੱਚ ਆ ਕੇ ਆਪਣੇ ਕਿਰਦਾਰ ਅਤੇ ਨਿਲਾ ਇਮਾਨ ਨੂੰ ਲਲਾਮ ਕਰ ਚੁੱਕੇ ਨੇ ਉਹਦੇ ਚ ਕਿੰਨੀ ਸਚਾਈ ਹੈ ਹੁਣ ਸਵਾਲ ਹੈ ਕਿ ਸੁਖਰਾਜ ਸਿੰਘ ਨਿਆਮੀ ਵਾਲਾ ਜਿਨ੍ਹਾਂ ਨੇ ਕੁਮਰ ਵਿਜੇ ਪ੍ਰਤਾਪ ਖਿਲਾਫ ਸ਼ਿਕਾਇਤ ਕੀਤੀ ਆ ਉਸ ਮਸਲੇ ਦੇ ਵਿੱਚ ਆਖਰ ਸੱਚ ਕੀ ਆ ਤੇ ਪੰਜਾਬ ਦੀ ਜਨਤਾ ਸੱਚ ਜਾਨਣਾ ਚਾਹੁੰਦੀ ਆ ਰਹੀ ਗੱਲ ਕਿ ਆਖਰ ਸੁਖਰਾਜ ਸਿੰਘ ਨਿਆਮੀ ਵਾਲਾ ਹੋਣਾ ਨੂੰ 8ਵੇਂ ਸਾਲ ਕਿਉਂ ਜਾਦ ਆਇਆ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਸੂਚਨਾ ਲੀਕ ਕੀਤੀ ਆ ਜਾਂ ਉਹਨਾਂ ਨੇ ਜਿਹੜੀ ਸ਼ਿਕਾਇਤ ਦਰਜ ਕਰਵਾਈ ਗਈ ਆ ਉਹ 8ਵੇਂ ਸਾਲ ਕਿਉਂ ਕਰਵਾਈ ਹੈਗੀ ਇਹਦੇ ਵਿੱਚ ਬਹੁਤ ਸਾਰੇ ਗੁੰਝਲਾਰੇ ਨੇ ਤੇ ਸ਼ਾਇਦ ਇੰਨਾ ਗੁੰਝਲਾ ਕਰਕੇ ਹੀ ਹੱਲੇ ਤੱਕ ਗੁਰੂ ਸਾਹਿਬ ਜੀ ਦੀ ਜਿਹੜੀ ਬੇਦਬੀ ਹੋਈ ਤੇ ਬੇਦਬੀ ਦੇ ਨਾਲ ਜੁੜੇ ਜਿਹੜੇ ਕਾਂਡ ਨੇ ਉਹਨਾਂ ਨੂੰ ਲੈ ਕੇ ਹੱਲੇ ਵੀ ਪੰਜਾਬ ਦੀ ਜਨਤਾ ਦੁਚਿੱਤੀ ਵਿੱਚ ਫਸੀ ਹੋਈ ਹੈ ਕਿ ਆਖਿਰ ਕਦ ਇਨਸਾਫ ਮਿਲੇਗਾ ਤੇ ਜੇ ਮਦਈ ਤੇ ਜਾਂ ਪੀੜ ਤੇ ਰਹੀ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇਗੇ ਤੇ ਲਾਜ਼ਮੀ ਤੌਰ ਤੇ ਮੰਨਿਆ ਜਾ ਰਿਹਾ ਕਿ ਇਹਦੇ ਵਿੱਚ ਹੱਲੇ ਵੀ ਕੋਈ ਅਜਿਹੀਆਂ ਸ਼ਕਤੀਆਂ ਨੇ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਇਨਸਾਫ ਮਿਲੇ ਜਾਂ ਜਿਹੜੀਆਂ ਅਜਿਹੀਆਂ ਸ਼ਕਤੀਆਂ ਨੇ ਉਹ ਹਲੇ ਵੀ ਅਜਿਹੀਆਂ ਸਾਜ਼ਿਸ਼ਾਂ ਰਚ ਰਹੀਆਂ ਨੇ ਜਿਸ ਕਰਕੇ ਇਹ ਪੰਬਲ ਪੂਸਾ ਬਣਿਆ ਰਵੇ ਤੇ ਇਨਸਾਫ਼ ਨਾ ਮਿਲੇ ਸਵਾਲ ਇਹ ਆ ਕਿ ਆਖਰ ਇਨਸਾਫ਼ ਕਦੋਂ ਮਿਲੂਗਾ ਦੇਖਦੇ ਆਂ ਕਿ ਇਸ ਮਸਲੇ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਆਪਣਾ ਪੱਖ ਕਹਿੰਦੇ ਕੋ ਦੇਣਾ ਨਹੀਂ ਚਾਹੁੰਦੇ ਉਹ ਪਹਿਲਾਂ ਹੀ ਆਪਣੇ ਜਿਹੜੇ ਸਟੇਟਮੈਂਟ ਆ ਉਹ ਇਲਾਕਾ ਮੈਸਟੇਟ ਕੋਲ ਦਰਜ ਕਰਵਾ ਚੁੱਕੇ ਨੇ ਪਰ ਹੁਣ ਜਿਹੜਾ ਹਾਈ ਕੋਰਟ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਆ ਉਸ ਤੋਂ ਕੀ ਕੋਈ ਨੋਟਿਸ ਹੁੰਦਾ ਜਾਂ ਫਿਰ ਕੀ ਇਸ ਮਸਲੇ ਦੇ ਵਿੱਚ ਅਗਲੀ ਕਾਰਵਾਈ ਕੀ ਹੁੰਦੀ ਆ ਇਹਦਾ ਇੰਤਜ਼ਾਰ ਕਰਨਾ ਪਏਗਾ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਏਬੀਸੀ ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ